ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਪੰਜਾਬ ਦੇ ਪ੍ਰਮੁੱਖ ਦਰਿਆ ਬਿਆਸ ਤੇ ਸਤਲੁਜ ਭਾਰੀ ਬਾਰਸ਼ਾਂ ਤੇ ਨੰਗਲ ਡੈਮ ਤੋਂ ਛੱਡੇ ਪਾਣੀ ਨਾਲ ਮਾਝੇ ਦਾ ਮੰਡ ਖੇਤਰ ਤੇ ਦੁਆਬੇ ਦਾ ਲੋਹੀਆ ਗਿੱਦੜ ਪਿੰਡੀ ਸultanpur Lodhi ਦੇ ਬੇਕਾਬੂ ਦਰਿਆਈ ਪਾਣੀ ਨੇ ਕਰੀਬ 126 ਪਿੰਡਾਂ ਦੇ ਹਜ਼ਾਰਾਂ ਲੋਕਾਂ ਦੀਆਂ ਬੀਜੀਆਂ ਫਸਲਾਂ ਤੇਜ਼ ਪਾਣੀ ਦੇ ਵਹਾਅ ਚ ਰੋੜ ਦਿੱਤੀਆਂ ਇਤੋਂ ਤੱਕ ਸੌਣੀ ਦੀਆਂ ਮੁੱਖ ਫਸਲਾਂ ਤੇ ਖਾਸ ਕਰਕੇ ਪਸ਼ੂਆਂ ਦਾ ਹਰਾ ਚਾਰਾ ਤੇ ਤੂੜੀ ਆਦ ਸਭ ਕੁਝ ਤਬਾਹ ਹੋ ਗਿਆ। ਸਤਲੁਜ ਦਰਿਆ ਦੇ ਨਾਲ ਵੱਧਦੇ ਤੁਸੀ ਬਨ ਵਿੱਚ ਪਾੜ ਪੈਣ ਕਰਕੇ ਕਈ ਕਿਲੋਮੀਟਰ ਦੇ ਕੇਰੇ 'ਚ ਅਨੇਕਾਂ ਪਿੰਡਾਂ ਦੇ ਘਰਾਂ ਤੇ ਖੇਤਾਂ 'ਚ ਡੂੰਘਾ ਪਾਣੀ ਵਗ ਰਿਹਾ ਹੈ। ਜਦੋਂ ਕੁਦਰਤ ਦੀ ਕਰੋਪੀ ਦੇ ਸ਼ਿਕਾਰ ਲੋਕਾਂ ਬਾਰੇ ਮਹਾਨ ਪਾਰਉਪਕਾਰੀ ਸੰਤ ਬਾਬਾ ਸੁਖਾ ਸਿੰਘ ਜੀ, ਸਮਪਰਦਾਇਕ ਕਾਰ ਸੇਵਾ ਸਰਹਾਲੀ ਸਹਿਵਾਲਿਆਂ ਨੂੰ ਹੜਪੀੜਤਾਂ ਦੀ ਤਰਸਜੋਗ ਹਾਲਤ ਦੱਸੀ ਤਾਂ ਬਾਬਾ ਜੀ ਨੇ ਉਸ ਦਿਨ ਤੋਂ ਹੜਪੀੜਤਾਂ ਕੋਲ ਪਹੁੰਚ ਕੇ ਉਹਨਾਂ ਲਈ ਤੇ ਉਹਨਾਂ ਦੇ ਪਾਲਤੂ ਪਸ਼ੂਆਂ ਨੂੰ ਬਚਾਉਣ ਲਈ ਸੈਂਕੜੇ ਸੇਵਾਦਾਰਾਂ ਨਾਲ ਖੁਦ ਆਪ ਟਰੈਕਟਰ ਟਰਾਲੀ ਚਲਾ ਕੇ ਪਿੰਡ ਸਰੂਪਵਾਲ ਦੇ ਗੁਰਦੁਆਰਾ ਸਾਹਿਬ 'ਚ ਦਿਨ ਰਾਤ ਗੁਰੂ ਕੇ ਲੰਗਰ ਚਲਾਏ ਤੇ ਹੜਪੀੜਤਾਂ ਦੇ ਪਸ਼ੂਆਂ ਲਈ ਰੋਜ਼ਾਨਾ 4-5 ਟਰਾਲੀ ਹਰੇ-ਚਾਰੇ ਦੇ ਭੇਜਨੇ ਸ਼ੁਰੂ ਕੀਤੇ। ਬਾਬਾ ਜੀ ਦੇ ਸੈਂਕੜੇ ਸੇਵਾਦਾਰ ਦਿਨ ਰਾਤ ਖੁਦ ਬਾਬਾ ਜੀ ਨਾਲ ਹੜਪੀੜਤਾਂ ਦੀ ਹਰ ਸੰਭਵ ਮਦਦ ਕਰ ਰਹੇ ਹਨ। ਬਾਬਾ ਜੀ ਨੇ ਹੜਪੀੜਤਾਂ ਨੂੰ ਵਿਸ਼ਵਾਸ ਦਿੱਤਾ ਕਿ ਜਦੋਂ ਤੱਕ ਹੜਪੀੜਤ ਪਰਿਵਾਰ ਇਸ ਔਖੀ ਘੜੀ ਚੋਂ ਬਾਹਰ ਨਹੀਂ ਨਿਕਲਣਗੇ ਉਹ ਇਸੇ ਤਰ੍ਹਾਂ ਸੰਗਤਾਂ ਦੇ ਸਹਾਇਕ ਨਾਲ ਲੋਕਾਂ ਤੇ ਬੇਜਮਾਨੇ ਪਸ਼ੂਆਂ ਦੀ ਸਾਮ ਸੰਭਾਲ ਕਰਦੇ ਰਹਿਣਗੇ ਜੋ ਬੋਲੇ ਸੋ ਨਿਹਾਲ ਸਾਤ ਸ੍ਰੀ ਅਕਾਲ